ਪੰਜਾਬ ਦੇ ਵਿੱਚ ਮੁੜ ਤੋਂ ਸ਼ੁਰੂ ਹੋਇਆ ਗੈਂਗਵਾਰ ਦਾ ਸਿਲਸਿਲਾ। ਕੁਲਵੀਰ ਨਰੂਆਣਾ ਦੇ ਦੋ ਸਾਥੀਆਂ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ। ਦਵਿੰਦਰ ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ। ਕਿਹਾ ਅਗਰ ਹੋਰ ਵੀ ਕੋਈ ਬਣਨਾ ਚਾਹੁੰਦਾ ਕੁਲਵੀਰ ਨਰੂਆਣਾ ਤਾਂ ਉਸਦਾ ਹੋਵੇਗਾ ਇਸ ਤੋਂ ਵੀ ਮਾੜਾ ਹਸ਼ਰ। ਬਠਿੰਡਾ ਦੇ ਪਿੰਡ ਲਹਿਰਾ ਤੋਂ ਬੀਤੇ ਦਿਨ ਕੁਲਵੀਰ ਨਰੂਆਣਾ ਦੇ ਦੋ ਸਾਥੀਆਂ ਦਾ ਗੈਂਗਵਾਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਕਤਲ ਕਰਨ ਵਾਲਿਆਂ ਬਾਰੇ ਕੁਝ ਵੀ ਪਤਾ ਨਹੀਂ ਸੀ ਚੱਲਿਆ। ਉੱਧਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾ ਕੇ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਦੇ ਵਿੱਚ ਸਾਫ਼ ਸਾਫ਼ ਲਿਖਿਆ ਨਜ਼ਰ ਆ ਰਿਹਾ ਹੈ ਕਿ ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਲਹਿਰਾ ਦੇ ਵਿੱਚ ਜੋ ਦੋ ਕਤਲ ਹੋਏ ਨੇ ਉਹ ਮੈਂ ਕਰਵਾਏ ਨੇ, ਯਾਨੀ ਕਿ ਇਹਨਾਂ ਕਤਲਾਂ ਦੀ ਗੁੱਥੀ ਖੁਦ ਹੀ ਸੁਲਝਾ ਦਿੱਤੀ ਗਈ ਹੈ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲੈ ਕੇ। ਨਾਲ ਹੀ ਉਹਨਾਂ ਨੇ ਕਾਰਨ ਦੱਸਦੇ ਹੋਏ ਲਿਖਿਆ ਕਿ ਇਹ ਦੂਜਾ ਕੁਲਵੀਰ ਨਰੂਆਣਾ ਬਣਨਾ ਚਾਹੁੰਦਾ ਸੀ। ਅਗਰ ਕੋਈ ਹੋਰ ਵੀ ਕੁਲਵੀਰ ਨਰੂਆਣਾ ਬਣਨ ਦਾ ਚਾਹਵਾਨ ਹੈ ਤਾਂ ਉਹ ਵੀ ਦੱਸ ਦੇਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਦੋਸਤਾਂ ਦੀ ਹਵਾ ਦੇ ਵੱਲ ਵੀ ਅਗਰ ਕੋਈ ਦੇਖੇਗਾ ਤਾਂ ਉਸਦਾ ਇਸ ਤੋਂ ਵੀ ਮਾੜਾ ਹਸ਼ਰ ਹੋਵੇਗਾ, ਲੇਕਿਨ ਕਿਸੇ ਨੂੰ ਵੀ ਨਜਾਇਜ਼ ਤੰਗ ਨਹੀਂ ਕੀਤਾ ਜਾਵੇਗਾ। ਕਿਹਾ ਜਾ ਸਕਦਾ ਹੈ ਕਿ ਮੁੜ ਤੋਂ ਗੈਂਗਵਾਰ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਪੰਜਾਬ ਦੇ ਵਿੱਚ। ਉੱਧਰ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਲੈਣ ਦੇ ਬਾਅਦ ਹੁਣ ਪੁਲਿਸ ਦਾ ਅਗਲਾ ਕਦਮ ਕੀ ਹੋਵੇਗਾ ਇਹ ਵੀ ਦੇਖਣਾ ਹੋਵੇਗਾ।